ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਸਰਗਰਮ ਹੈ ਅਤੇ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਅੱਜ ਸ਼੍ਰੀ ਮੁਕਤਸਰ ਸਾਹਿਬ ਦੌਰੇ 'ਤੇ ਨੇ ਜਿੱਥੇ ਉਹ ਜਗਮੀਤ ਬਰਾੜ ਨੂੰ ਅਕਾਲੀ ਦਲ 'ਚ ਸ਼ਾਮਿਲ ਕਰਨਗੇ। ਇਸ ਤੋਂ ਬਾਅਦ ਉਹ ਪਾਰਟੀ ਵਰਕਰਾਂ ਨਾਲ ਵੀ ਬੈਠਕ ਕਰਨਗੇ। ਇਸ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਗਮੀਤ ਬਰਾੜ ਨੂੰ ਪਾਰਟੀ 'ਚ ਸ਼ਾਮਿਲ ਹੋਣ ਲਈ ਵਧਾਈ ਦਿੱਤੀ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਪੂਰੀ ਤਰ੍ਹਾਂ ਸਰਗਰਮ ਹੈ। ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਅੱਜ ਸ਼੍ਰੀ ਮੁਕਤਸਰ ਸਾਹਿਬ ਦੌਰੇ 'ਤੇ ਨੇ ਜਿੱਥੇ ਜਗਮੀਤ ਬਰਾੜ ਦੇ ਨੂੰ ਸ਼ਾਮਿਲ ਕਰਨਗੇ। ਹੁਣੇ ਮੁਕਤਸਰ ਜਾ ਰਿਹਾ ਇਸ ਪਿੰਡ ਦੇ ਪ੍ਰੋਗਰਾਮ ਤੋਂ ਬਾਅਦ ਅਤੇ ਉਹਦੇ ਮਿਲਣ ਨਾਲ ਅਕਾਲੀ ਦਲ ਨੂੰ ਕਾਫੀ ਸ਼ਕਤੀ ਮਿਲੇਗੀ, ਕਿਉਂਕਿ ਬੜਾ ਐਕਸਪੀਰੀਅੰਸ ਬੰਦਾ ਹੈ, ਬੜਾ ਓਰੇਟਰ ਹੈ, ਫੀਲਡ 'ਚ ਉਹਨੇ ਲੰਮਾ ਸਮਾਂ ਕੰਮ ਕੀਤਾ ਹੈ, ਉਹਦੇ ਸਾਰੇ ਪੰਜਾਬ ਸੈਲਰ ਇਸ ਕਰਕੇ ਮੈਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਵੀ ਦਿੰਦਾ ਔਰ ਇਹ ਵੀ ਸਮਝਦਾ ਕਿ ਅਕਾਲੀ ਦਲ ਨੂੰ ਉਹਦੇ ਆਉਣ ਨਾਲ ਬਹੁਤ ਵੱਡੀ ਸ਼ਕਤੀ ਮਿਲੀ। ਜਿਵੇਂ ਕਿ ਚਰਚਾ ਚੱਲ ਰਹੀ ਹੈਗੀ ਹੈ ਜਗਮੀਤ ਬਰਾੜ ਨੂੰ ਪ੍ਰੋਟ ਵੋਟ ਟਿਕਟ ਵੀ ਦਿੱਤੀ ਜਾ ਸਕਦੀ ਹੈ, ਇਹ ਮੈਂ ਕੁਛ ਨਹੀਂ ਕਹਿ ਸਕਦਾ, ਪਾਰਟੀ ਦੀ ਕੋਰ ਕਮੇਟੀ ਨੂੰ ਪਤਾ ਹੁੰਦਾ ਉਹਦੇ 'ਚ ਮੈਂ ਕੁਛ। ਕੱਲ੍ਹ ਟੌੜਾ ਪਰਿਵਾਰ ਦੀ ਅਕਾਲੀ ਦਲ 'ਚ ਵਾਪਸੀ ਹੋਣ ਜਾ ਰਹੀ ਹੈ, ਦੇਖੋ ਹੌਲੀ ਹੌਲੀ ਸਾਰਿਆਂ ਨੂੰ ਸਮਝ ਆ ਰਹੀ ਹੈ ਕਿ ਅਸਲੀ ਪੇਰੈਂਟ ਬਾਡੀ ਜਿਹੜੀ ਹੈ ਉਹ ਅਕਾਲੀ ਦਲ ਹੈ, ਜਿਹਦੇ ਕਦੇ ਸੰਤ ਫਤਿਹ ਸਿੰਘ ਪ੍ਰਧਾਨ ਰਹੇ, ਮਾਸਟਰ ਤਾਰਾ ਸਿੰਘ ਪ੍ਰਧਾਨ ਰਹੇ, ਸੰਤ ਹਰਚੰਦ ਸਿੰਘ ਲੌਂਗੋਵਾਲ ਪ੍ਰਧਾਨ ਰਹੇ, ਗੁਰਦੇਵ ਸਿੰਘ ਤਲਵੰਡੀ ਰਹੇ, ਹੁਣ ਸੁਖਬੀਰ। ਇਹ ਮੇਰਾ ਮਤਲਬ ਜਿਹੜੇ ਦੂਜੇ ਹੈ ਇਹ ਹਮੇਸ਼ਾ ਇਹੋ ਜਿਹੀਆਂ ਇਹੋ ਜਿਹੇ ਛੋਟੇ ਛੋਟੇ ਜਿਹੇ ਕਿਸੇ ਗੱਲ ਨਾਲ ਕਿਸੇ ਦੇ ਉਕਸਾਉਣ ਨਾਲ ਪਾਸੇ ਹੋ ਜਾਂਦੇ, ਪਰ ਅਖੀਰ ਉਹਨਾਂ ਦਾ ਬਣਦਾ ਕੋਈ ਨਹੀਂ, ਅਖੀਰ ਮੇਨ ਸਟ੍ਰੀਮ ਜਿਹੜੀ ਹੈ ਅਕਾਲੀ ਦਲ ਉਹਦੇ 'ਚ। ਸਾਊਦੀ ਅਰਬ ਦੇ ਵਿੱਚ 2 ਪੰਜਾਬੀ ਨੌਜਵਾਨਾਂ ਦੇ ਸਰਕਲਮ ਕੀਤੇ ਗਏ ਆ, ਹਜੇ ਵੀ ਪਰਿਵਾਰਾਂ ਨੂੰ ਡੈੱਡ ਬੋਡੀਆਂ ਨਹੀਂ ਮਿਲਦੀਆਂ, ਕਿਸ ਤਰ੍ਹਾਂ ਵਿਦੇਸ਼ ਮੰਤਰਾਲੇ? ਬੜਾ ਅਫਸੋਸ ਹੈ ਕਿ ਬਾਹਰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰਾਂਗਾ ਕਿ ਇਹੋ ਜਿਹੀਆਂ ਚੀਜ਼ਾਂ 'ਤੇ ਉਹਨਾਂ ਦੀ ਗੌਰਮੈਂਟਾਂ ਨਾਲ ਗੱਲ ਕਰਨ ਤਾਂ ਕਿ ਇਹੋ ਜਿਹੀ ਘਟਨਾ ਨਾ ਹੋਵੇ।